हेलो जी, सत श्री अकाल। इंद्र कलेक्शन ते तुहाडा स्वागत है जी। उम्मीद करते कि सारे बहुत वधिया होंगे जी। अज मेरी लाइफ दे विच इक नन्ना मेहमान जी, मेरी पोती इलाही कौर, जिहड़ी कि तुहानू सारिआं नू सत श्री अकाल बुला रही है जी। ते साडी अज दी दादी ते पोती दी जिहड़ी कलैक्शन हैगी है जी, सूट्स हैगे ने जी। सब तों साडा पहला सूट हैगा जी, मसलीन दे उपर बनिआ होइआ, जिहड़ा कि ऑरगैंजा लगा के तैयार कीता जी असीं ने। बहुत ही वधिआ बनिआ होइआ जी। ਤੁਸੀਂ ਦੇਖੋ ਇਹਦੇ ਉੱਪਰ ਕਿੰਨੇ ਵੀ ਵਧੀਆ ਕਲਰਸ ਲਗਾਏ ਹੈਗੇ ਆ ਜੀ। ਮਸਲੀਨ ਦੇ ਉੱਪਰ ਵਰਕ ਹੋਇਆ ਹੋਇਆ, ਐਂਡ ਇਹਦੇ ਉੱਪਰ ਆਪਾਂ ਨੇ ਮਸਲੀਨ ਦੇ ਹੀ ਬੋਟਮ ਦੇ ਉੱਪਰ ਔਰਗੈਂਜਾ ਲਗਾ ਕੇ ਆਪਾਂ ਨੇ ਵਰਕ ਕੀਤਾ ਹੈਗਾ ਜੀ। ਇਹ ਵੀ ਬਹੁਤ ਸੋਹਣਾ ਬਣਿਆ ਹੋਇਆ। ਅਤੇ ਇਹਦੇ ਨਾਲ ਆਪਾਂ ਨੇ ਮਸਲੀਨ ਦਾ ਹੀ ਦੁਪੱਟਾ ਲਾਇਆ ਜੀ। ਦੁਪੱਟੇ ਦੇ ਉੱਪਰ ਆਪਾਂ ਨੇ ਲੈਸ ਲਗਾਈ ਹੈ ਜੀ। ਅਤੇ ਇੱਕ ਤੁਹਾਨੂੰ ਮੈਂ ਹੋਰ ਦਿਖਾਉਣਾ ਚਾਹੁੰਦੀ ਸੀ ਜੀ, ਆਪਣੇ ਇੱਕ ਆਪਾਂ ਨੇ ਦੁਪੱਟੇ ਤਿਆਰ ਕੀਤੇ ਸੀ ਜੀ, 3D, ਜਿਹੜੇ ਕਿ ਆਪਣੇ ਸੂਟਸ ਜਿਹੜੇ ਨੇ ਰੈਡੀ ਹੋ ਗਏ ਹੋਏ ਨੇ ਜੀ। ਅਤੇ ਇਹ ਆਪਾਂ ਨੇ ਨਵੇਂ ਦੁਪੱਟੇ ਤਿਆਰ ਕੀਤੇ ਹੈਗੇ ਨੇ ਜੀ। ਇਹਦੇ ਵਿੱਚ ਆਪਾਂ ਨੇ ਕਲਰਸ ਲਗਾਏ ਆ ਇੱਦਾਂ, ਇਹ ਵਿੱਚ ਆਪਾਂ ਨੇ ਦੇਖੋ ਸਾਰਾ 3 ਕਲਰਸ ਨੂੰ ਬਾਰ ਬਾਰ ਰਿਪੀਟ ਕੀਤਾ ਗਿਆ ਹੈਗਾ ਜੀ। ਇਹ ਮਲਟੀ ਕਲਰਸ ਦਾ ਦੁਪੱਟਾ ਬਣਾਇਆ, ਵਿੱਚ ਆਪਾਂ ਨੇ ਸੈਂਟਰ ਲੇਸ ਪਾਈ ਹੈ ਜੀ। ਅਤੇ ਇੱਦਾਂ ਕਰਕੇ ਆਪਾਂ ਨੇ ਇਹਨੂੰ ਇਹ ਵਾਲੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਜੀ। ਇਹ ਵੀ ਬਹੁਤ ਸੋਹਣੇ ਬਣੇ ਹੋਏ ਨੇ ਜੀ ਦੁਪੱਟੇ। ਐਂਡ ਸੈਕਿੰਡ ਸੂਟ ਜਿਹੜਾ ਹੈਗਾ ਜੀ, ਪਹਿਲਾਂ ਵੀ ਮੈਂ ਤੁਹਾਨੂੰ ਦਿਖਾਇਆ ਜੀ, ਇਹ ਵੀ ਮੇਰਾ ਹਿੱਟ ਡਿਜ਼ਾਇਨ ਹੈ ਜੀ। ਅਤੇ ਇਹਦੇ ਵਿੱਚ ਆਪਾਂ ਨੇ ਥੋੜ੍ਹਾ ਚੇਂਜ ਕੀਤਾ ਜੀ, ਇਹ ਆਪਾਂ ਨੇ ਬੋਟਮ ਦੇ ਉੱਪਰ ਕੰਮ ਕੀਤਾ ਹਲਕਾ ਜੀ। ਅਤੇ ਇਹਦੀ ਜਿਹੜੀ ਸ਼ਰਟ ਹੈਗੀ ਆ, ਸ਼ਰਟ ਦੇ ਉੱਪਰ ਵੀ ਪਹਿਲਾਂ ਹੈਵੀ ਵਰਕ ਸੀਗਾ ਜੀ, ਹੁਣ ਆਪਾਂ ਨੇ ਥੋੜ੍ਹਾ ਇਹਦਾ ਕੰਮ ਜਿਹੜਾ ਘੱਟ ਕੀਤਾ ਜੀ। ਇਹ ਆਪਣਾ ਘੇਰਾ ਬਣਿਆ ਹੋਇਆ, ਅਤੇ ਘੇਰੇ ਦੇ ਵਿੱਚ ਘੇਰਾ, ਅਤੇ ਦੈਨ ਇਹ ਜਿਹੜੀ ਹੈਗੇ ਨੇ ਪੈਨਲ ਬਣਿਆ ਹੋਇਆ ਸੈਂਟਰ ਦੇ ਵਿੱਚ, ਇਹ ਵੀ ਬਹੁਤ ਵਧੀਆ ਹੈਗਾ ਜੀ। ਪਹਿਲਾਂ ਹੈਵੀ ਵਰਕ ਹੈਗਾ, ਉਹ ਤੁਹਾਨੂੰ ਪਹਿਲਾਂ ਮੇਰੀ ਵੀਡੀਓ ਦੇ ਵਿੱਚ ਮਿਲ ਜੂਗਾ ਜੀ। ਇਹ ਥੋੜ੍ਹਾ ਜਿਹਾ ਕਿਸੇ ਕਸਟਮਰ ਨੇ ਘੱਟ ਵਰਕ ਲਾਈਕ ਕੀਤਾ ਜੀ, ਉਹਨਾਂ ਨੂੰ ਆਪਾਂ ਨੇ ਉਵੇਂ ਰੈਡੀ ਕਰਕੇ ਦਿੱਤਾ ਜੀ। ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਜੀ, ਇਹ ਪਸ਼ਮੀਨੇ ਉੱਪਰ ਬਣਿਆ ਹੋਇਆ, ਇਹਦੀ ਨੈਕ ਲਾਈਨ ਹੈ, ਇਹ ਨੈਕ ਦੇ ਉੱਪਰ ਹੈ ਜੀ। ਅਤੇ ਇਹਦੀ ਜਿਹੜੀ ਬੋਟਮ ਹੈਗੀ ਆ, ਆਪਾਂ ਨੇ ਇਹ ਵਾਲੀ ਤਿਆਰ ਕੀਤੀ ਹੈ ਜੀ। ਅਤੇ ਇਹਦਾ ਸਟੋਲ ਜਿਹੜਾ ਸ਼ੋਲ ਆਪਾਂ ਨੇ ਤਿਆਰ ਕੀਤਾ, ਉਹ ਕੱਟ ਵਰਕ ਕੀਤਾ ਜੀ ਸੇਮ ਸੂਟ ਦੇ ਨਾਲ, ਸ਼ਰਟ ਦੇ ਨਾਲ, ਅਤੇ ਵਿੱਚ ਆਪਾਂ ਨੇ ਬੂਟੀ ਦਿੱਤੀ ਹੈ ਜੀ। ਇਹ ਸੀਗਾ ਜੀ। ਅਤੇ ਆਪਣਾ ਦੂਸਰਾ ਸੂਟ ਜਿਹੜਾ ਹੈਗਾ ਜੀ, ਉਹ ਵੀ ਬਣਿਆ ਹੋਇਆ ਪਸ਼ਮੀਨੇ ਦੇ ਉੱਪਰ ਹੀ ਜੀ। ਇਹਦੇ ਉੱਪਰ ਆਪਾਂ ਨੇ ਪੈਨਲ ਨੂੰ ਲਾਇਆ, ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਬੜੀ ਪਸੰਦ ਆਏਗੀ ਜੀ। ਅਤੇ ਮੇਰੇ ਜਿਹੜੇ ਮੇਰੇ ਪੇਜ ਨੂੰ ਸਬਸਕ੍ਰਾਈਬ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ, ਤਾਂ ਕਿ ਮੇਰੀ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਜੀ। ਅਤੇ ਇੱਕ ਸੂਟ ਆਪਾਂ ਨੇ ਜੀ ਇਹ ਸਟਿੱਚ ਕੀਤਾ ਹੈਗਾ ਜੀ, ਅਤੇ ਇਹ ਵਾਲਾ ਜਿਹੜਾ ਸੂਟ ਹੈਗਾ ਜੀ ਔਰਗੈਂਜੇ ਉੱਪਰ ਬਣਿਆ ਹੋਇਆ, ਅਤੇ ਆਪਾਂ ਨੇ ਔਰਗੈਂਜਾ ਹੀ ਲਗਵਾ ਕੇ ਇਹਨੂੰ ਕੰਮ ਕੀਤਾ ਹੋਇਆ ਜੀ। ਇਹ ਸੀਗਾ ਆਪਣਾ ਔਰਗੈਂਜਾ, ਆਪਾਂ ਨੇ ਇੱਦਾਂ ਕਰਕੇ ਸਾਈਡਸ 'ਤੇ ਔਰਗੈਂਜਾ ਲਗਾਇਆ ਜੀ, ਦੈਨ ਇਹਦੇ ਉੱਪਰ ਵਰਕ ਕੀਤਾ ਸਾਰੇ ਜਿਹੜੇ ਕਲਰਸ ਸੀਗੇ ਇਹਦੇ ਵਿੱਚੋਂ ਲੈ ਕੇ, ਅਤੇ ਆਪਾਂ ਨੇ ਇਹਦੀ ਬੋਟਮ 'ਤੇ ਵੀ ਸੇਮ ਕੰਮ ਕੀਤਾ, ਇਹਦੀ ਬੋਟਮ ਹੈਗੀ ਹੈ ਜੀ। ਅਤੇ ਇਹ ਇਹਦਾ ਪਿਓਰ ਔਰਗੈਂਜਾ ਦਾ ਦੁਪੱਟਾ ਹੈ ਜੀ, ਅਤੇ ਆਪਾਂ ਨੇ ਇਹਦੇ ਨਾਲ ਇਹ ਵਾਲੀ ਲੈਸ ਲਗਾਈ ਹੈ ਜੀ। ਅਤੇ ਇੱਕ ਆਪਣਾ ਸੂਟ ਇਹ ਵਾਲਾ ਜਿਹੜਾ ਹੈਗਾ ਰੈਡੀ ਹੋ ਕੇ ਜਾ ਰਿਹਾ ਜੀ, ਇਹ ਪ੍ਰਿੰਟਡ ਸ਼ਰਟ ਹੈ। ਮੈਂ ਤੁਹਾਨੂੰ ਸ਼ਰਟ ਖੋਲ੍ਹ ਕੇ ਥੋੜ੍ਹੀ ਦਿਖਾ ਦਿੰਦੀ ਹਾਂ ਜੀ। ਅਤੇ ਇਹਦੇ ਨਾਲ ਆਪਾਂ ਨੇ ਕੱਫ ਵਾਲੀਆਂ ਸਲੀਵਸ ਤਿਆਰ ਕੀਤੀਆਂ ਨੇ ਜੀ, ਇਹ ਵਾਲੀਆਂ ਇਹਦੀਆਂ ਸਲੀਵਸ ਨੇ ਜੀ। ਸਲੀਵਸ ਉੱਪਰ ਆਪਾਂ ਨੇ ਇੱਦਾਂ ਕਰਕੇ ਐਂਕਰ ਦੀ ਉਹ ਕੀਤੀ ਹੋਈ ਹੈ ਜੀ, ਦੈਨ ਇਹਦੇ ਵਿੱਚ ਸੈਂਟਰ ਲੇਸ ਦਿੱਤੀ ਹੋਈ ਹੈ ਜੀ। ਅਤੇ ਇਹ ਇਹਦੀ ਨੈਕ ਲਾਈਨ ਹੈਗੀ ਹੈ ਜੀ, ਇਸ ਦੀ ਨੈਕ ਲਾਈਨ ਹੈ ਜੀ। ਇਹ ਸੀ ਜੀ ਮੇਰੀ ਅੱਜ ਦੀ ਕਲੈਕਸ਼ਨ। ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਜਿਹੜੀ ਇਹ ਵਾਲੀ ਕਲੈਕਸ਼ਨ ਹੈ ਬੜੀ ਪਸੰਦ ਆਈ ਹੋਏਗੀ ਜੀ। ਮੇਰੇ ਅਤੇ ਮੇਰੀ ਇਲਾਹੀ ਕੌਰ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।